ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਚੱਲਦੇ ਜੀ ਕੰਮ ਵੀਰੋ, ਬਹੁਤ ਵਧੀਆ, ਅਤੇ ਧੰਨ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਦੇ ਨਾਲ ਫਸਲਾਂ ਵੀ ਬਹੁਤ ਵਧੀਆ ਹੋ ਰਹੀਆਂ। ਅਤੇ ਬਾਕੀ ਤੁਹਾਡਾ ਸਾਰਿਆਂ ਦਾ ਹੀ ਸਵਾਗਤ ਹੈ ਜੀ ਮੇਰੇ ਯੂਟਿਊਬ ਚੈਨਲ ਸਰਬਜੀਤ ਮਹਲ ਬਲੌਗਸ 'ਤੇ। ਬਾਬਾ ਸੁੱਖ ਰੱਖੇ ਤੁਹਾਨੂੰ ਸਾਰਿਆਂ ਨੂੰ ਹੀ, ਦੁੱਧ ਧੀ ਪੁੱਤ ਖੁਸ਼ੀਆਂ ਖੇੜੇ, ਤੁਹਾਡੇ ਸਾਰਿਆਂ ਦੀਆਂ ਕਮਾਈਆਂ ਚੋਬਣ ਜੀ, ਬਰਕਤਾਂ। ਅਤੇ ਲਓ ਜੀ, ਵੱਜ ਰਿਹਾ ਖੇਤਾਂ ਵੱਲ ਗੇੜੇ, ਅਤੇ ਕਾਫੀ ਦਿਨ ਬਾਅਦ ਹੁਣ ਚਲੋ ਵਿੱਚੇ ਲਗਾਤਾਰ ਤੁਹਾਨੂੰ ਪਤਾ ਸ਼ਹੀਦੀ ਪੰਦਰਵਾੜਾ ਚੱਲਦਾ, ਉੱਧਰ ਵੀ ਸਹਿਯੋਗ ਜਿੰਨਾ ਬਣਦਾ ਜੀ, ਚਲੋ ਅਸੀਂ ਨਹੀਂ ਕਰਦੇ, ਕਰਾਉਣ ਵਾਲਾ ਮਹਾਰਾਜ ਸੇਵਾ ਲੈਂਦਾ, ਅਤੇ ਉੱਧਰ ਵੀ ਚਲੀ ਜਾਂਦਾ ਜੀ। ਅਤੇ ਬਾਕੀ ਪਰਮ ਆਇਆ ਜੀ ਖੇਤਾਂ 'ਚ, ਨਾਲੇ ਆਇਆ ਵਾ ਪਰਮ ਮੇਰੇ, ਉਹ ਵੀ ਆਪਣਾ ਆਉਂਦੀ ਸਾਰੇ ਡੰਡਾ ਜਿਹਾ ਚੱਕ ਲਿਆ ਉਹਨੇ, ਬੰਦੂਖ ਜੀ ਜਿਹੜੀ ਬਣਾ ਲਈ ਉਹ ਚੱਲਦੀ ਆ। ਅਤੇ ਚਲੋ ਬਾਕੀ ਜਿਹੜਾ ਸ਼ਹੀਦੀ ਜੋੜ ਮੇਲਾ ਜੀ ਉਹ ਚਮਕੌਰ ਸਾਹਿਬ ਚੱਲ ਰਿਹਾ, ਅਤੇ ਚਲੋ ਸਭ ਪਾਸੇ ਸ਼ਾਮ ਨੂੰ ਜਾਂਦੇ ਆ ਪਰ ਨਮਸਤਕ ਕਰਨ, ਅਤੇ ਅੱਜ ਸ਼ਾਮ ਨੂੰ ਚਮਕੌਰ ਸਾਹਿਬ ਵੀ ਜਾਣਾ। ਅਤੇ ਹੁਣ ਤੁਹਾਨੂੰ ਕਣਕ ਵੀ ਦਿਖਾਉਂਦੇ, ਕਣਕ ਬਹੁਤ ਵਧੀਆ ਹੋ ਗਈ, ਅਤੇ ਨਾਲ ਦੀ ਨਾਲ ਇੱਧਰ ਰਾਜੂ ਬਾਈ ਹੋਰਾਂ ਨੇ ਵੀ ਅਜੇ ਜਿਹੜੀ ਸਰ੍ਹੋਂ ਵਾਹਤੀ ਉਹ, ਕਿਉਂਕਿ ਚਲੋ ਮੀਂਹ ਨੇ ਖਰਾਬ ਕਰਤੀ ਤੀ, ਮੂੰਹ ਜਿੰਤੀ ਲੱਗਦੀ, ਖਾਸੀ ਮਰ ਗਈ ਤੀ, ਚਲੋ ਹੁਣ ਪਤਾ ਨਹੀਂ ਕਿਆ ਬੀਜਿਆ ਕਿਆ ਨਹੀਂ। ਅਤੇ ਬਾਕੀ ਚਲੋ ਉਹ ਵੀ ਤੁਹਾਨੂੰ ਦਿਖਾਉਂਦਾ, ਅਤੇ ਪਰਮ ਨਾਲ ਵੀ ਮਿਲਾਉਂਦਾ, ਤੁਸੀਂ ਬਣੇ ਰਹੋ ਵੀਡੀਓ ਦੇ ਨਾਲ। ਅਤੇ ਲਓ ਜੀ, ਮੌਸਮ ਫੇਰ ਗੜਬੜਾਇਆ ਜਿਹਾ ਹੋਇਆ ਵਾ, ਬੱਦਲਵਾਈ ਹੋਈ ਵੀ ਹੈ, ਅਤੇ ਇੱਧਰ ਲਾਗ ਪਰ ਸਰ੍ਹੋਂ ਵਾ ਕੇ ਜੀ ਪਤਾ ਨਹੀਂ ਹੋਰ ਕੁਛ ਬੀਜ ਹੋ ਗਿਆ, ਅਤੇ ਆਹ ਸਰ੍ਹੋਂ ਵਾਲੇ ਖੇਤ, ਅਤੇ ਇੱਧਰ ਆ ਗਿਆ ਜੀ ਬੇਕੀ ਬਾਈ ਦਾ ਖੇਤ, ਇਹਨਾਂ ਨੇ ਵੀ ਮੈਂ ਲਾਦੇ ਅੱਜ ਸਪਰੇਅ ਕਰੀ ਆ ਜੀ। ਆਹ ਭਾਈ ਆ ਦਵਾਈ ਇਹਨਾਂ ਦੀ, ਆਹ ਦੇਖੋ ਬਾਈ ਟੌਪਿਕ ਕਰਤੀ ਇਹਨਾਂ ਨੇ ਤੀ ਕਰੀ ਜੀ ਸਪਰੇਅ, ਜਿੱਦਣ ਕਣਕ ਬੀਜੀ ਹੈ ਜਿਹੜੀ ਉਹ ਰਹਿ ਤੀ, ਅਤੇ ਉਹ ਨੇਤਰ ਬਾਈ ਦੇਖੋ ਕੱਖ ਵੱਢ ਰਿਹਾ, ਬਾਈ ਨੇ ਸਪਰੇਅ ਕਰੀ ਹੈ, ਅਤੇ ਬਹੁਤ ਗੁੱਲੀ ਡੰਡਾ ਖੜ੍ਹਾ, ਅਤੇ ਇੱਧਰ ਆਹ ਦੇਖੋ ਬੰਦਾ ਆਪਣਾ ਕਿਆ ਕਰਦਾ, ਇਹ ਵੀ ਦੇਖਦੇ ਲਾ। ਉਹ ਨਹੀਂ 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 ਪੁੱਤ, ਤੇਰੇ ਹੱਥ ਪਰ ਵੱਜਣੀ, ਇਹ ਕਿੱਥੇ ਤੇ ਮਿਲੀ ਤੈਨੂੰ, ਕਿੱਥੇ ਪਈ ਤੀ, ਉੱਥੀ ਰੱਖ ਉੱਥੀ ਰੱਖ ਉੱਥੀ, ਲਓ ਬਾਈ ਇਹ ਤਾਂ ਮੈਂ ਦੇਖਿਆ, ਨਾ ਨਾ ਇੱਥੇ ਨਹੀਂ, ਉੱਥੇ 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 ਰੱਖ ਜਿੱਥੇ ਚੱਕੀ, ਉੱਥੇ ਰੱਖ ਲੈ। ਅੱਛਾ ਉਹ ਬਾਈ ਨੇ ਪੁੜੀ ਵੱਢੀ ਹੋਣੀ, ਇਹਦੇ ਹੱਥ ਲੱਗ ਗਈ, ਦੇਖ ਲੈ ਲੱਗ ਗਿਆ ਤਾਂ ਜੀ, ਇਹ ਤਾਂ ਮੈਂ ਤਾਂ ਦੇਖਿਆ ਹੀ ਨਹੀਂ ਬੰਦਾ। ਅਤੇ ਹਾਂ ਨਾ ਭਾਈ ਸਹੀ ਰੱਖਦੇ ਚ ਬੱਚੇ ਚ ਨਾ ਕਿਰੇ, ਹਾਂ ਚੱਲ ਕੋਈ ਨਹੀਂ ਹੇਠਾਂ ਰੱਖਦੇ। ਆਜਾ ਬੁਲਾ, ਸਤਿ ਸ਼੍ਰੀ ਅਕਾਲ, ਠੀਕ ਆ, ਇੱਕ ਨਾ ਪੁੱਤ ਉੱਧਰ ਨਹੀਂ ਜਾਈਦਾ ਹੁੰਦਾ, ਠੀਕ ਹੈ, ਦਵਾਈ ਵਾਲੀ ਚੀਜ਼ ਕੋਲ ਆ ਲੈ ਬਾਈ। ਦੇਖੋ ਨਿਆਣੇ ਨੂੰ ਪਤਾ ਲੱਗ ਜਾਂਦਾ, ਕੱਖੇ ਵੱਢਣ ਲੱਗਿਆ ਤਾਂ ਉਰੇ ਆਖਿਆ ਚ ਕਿਹਾ ਦਿਖਾ ਪਹਿਲਾਂ ਆ ਲੈ, ਹੈਂ ਇੱਧਰ ਨੂੰ ਬੋਲ ਕੇ ਦੱਸ ਗਿਆ ਬਾਈ ਇਹਨੂੰ, ਬੰਦੂਖ ਦੇ ਨਾਲ ਪਤਾ ਨਹੀਂ ਕਿੰਨਾ ਕੁ ਪਿਆਰ ਆ, ਕਿੰਨਾ ਕੁ ਨਹੀਂ ਉਹ ਮੈਂ ਸ਼ਬਦਾਂ 'ਚ ਨਹੀਂ ਬਿਆਨ ਕਰ ਸਕਦਾ, ਕਿਉਂਕਿ ਇੱਦਾਂ ਦੇ ਡੱਕੇ ਘਰ 20-25 ਨੇ ਕੰਧ ਦੇ ਨਾਲ ਐਨ ਸਿੱਧੇ ਰੱਖੇ ਵੇ ਕਰਕੇ, ਵੀ ਬਸ ਖੇਲ ਹੀ ਜਾਂਦਾ। ਚਲੋ ਬਾਕੀ ਕੋਈ ਪਤਾ ਨਹੀਂ, ਅਤੇ ਆਹ ਆ ਗਈ ਵੀਰੋ ਕਣਕ, ਇੱਧਰ ਮੇਰੀ ਗੱਲ ਸੁਣ, ਉਰੇ ਆ, ਕਿੱਥੇ ਚੱਲਿਆ ਹੁਣ ਤੂੰ ਮੂਹਰੇ ਮੂਹਰੇ? ਅੱਛਾ, ਅਤੇ ਆਹ ਆ ਗਈ ਬਾਈ ਕਣਕ, ਅਤੇ ਇਹ ਆ ਜੀ ਜਾਨ ਮਾਲ ਦੀ, ਇਹਨੇ ਵੀ ਨਹੀਂ ਤੀ ਹੈਗੀ ਜਿਹੜੀ ਸਪਰੇਅ ਕਰੀ, ਜਿਹੜੀ ਆਪਾਂ ਨੇ ਮੋਮੋ ਜੀ ਕਰੀ ਤੀ, ਅਤੇ ਇਹਦੇ ਵੀ ਬਹੁਤ ਗੁੱਲੀ ਡੰਡਾ ਤਾਂ ਜੀ, ਆ ਦੇਖੋ ਇਹਨੇ ਰੇਹ ਦੇ ਵਿੱਚ ਨਾ ਸਨਕੋਰ ਪਾਤੀ, ਪਰ ਸਨਕੋਰ ਨੇ ਉਹਨਾਂ ਕੰਮ ਨਹੀਂ ਕਰਿਆ ਹੈਗਾ। ਚਲੋ ਬਾਕੀ ਬਾਈ, ਕਹਿੰਦੇ ਹੁੰਦੇ ਵੀ ਆਪਣੀ ਆਪਣੀ ਹਿੰਮਤ ਹੁੰਦੀ ਹੈ, ਜਿਹਨੇ ਹਿੰਮਤ ਮਾਰ ਲਈ ਉਹ ਬਾਜੀ ਜਿੱਤ ਗਿਆ, ਨਹੀਂ ਫਿਰ ਬਾਜੀ ਹਾਰ ਗਿਆ। ਆਪਾਂ ਨੇ ਉੱਧਰ ਆਪਣੇ ਸਪਰੇਅ ਕਰਤੀ, ਪਰ ਉਹ ਵਿੱਕੀ ਬਾਈ ਉੱਧਰ ਲੱਗਿਆ ਵਾ ਜੀ ਸਪਰੇਅ ਕਰਨ, ਆਹ ਦੇਖੋ ਇਹ, ਆਹ ਦੇਖੋ ਪੰਪ ਚੱਕੀ ਫਿਰਦਾ ਏ। ਚਲੋ ਵਧੀਆ, ਹੁਣ ਧੁੱਪ ਦਾ ਇਹਨਾਂ ਨੇ ਲਾਹਾ ਲੈ ਲੈਣਾ, ਅਤੇ ਆਪਣਾ ਬੰਦਾ ਜਾ ਕੇ ਦੇਖੋ ਪਹਿਲਾਂ ਹੀ ਬਹਿ ਗਿਆ ਆਪਣਾ ਨੱਕੇ ਪਰ, ਤੇਰੇ ਇਹ ਆ ਜੀ ਕਣਕ ਜਿਹੜੀ
ਜਸਵੀਰ ਬਾਈ ਮੈਂ ਬੀਜੀ ਵੀ ਹੈ ਜੀ 826 ਅਤੇ ਹਾਂ ਮੂਲੀਆਂ ਕਿੱਥੇ ਆਪਣੀਆਂ ਮੂਲੀਆਂ ਹੈਂ ਕਿੱਧਰ ਲੈ ਕਿੱਥੇ ਅੱਛਾ ਸਾਰਾ ਪਤਾ ਜੀ ਇਹਨੂੰ ਮੂਲੀਆਂ ਕਿੱਧਰ ਅਤੇ ਆਹ ਲਸਣ ਹੈ ਜੀ ਆਪਣਾ ਬਾਗਬਾੜੀ ਬਾਕੀ ਸੱਚੋ ਉਹ ਤੁਹਾਨੂੰ ਪਤਾ ਖਾਣ ਵਾਲੀਆਂ ਚੀਜ਼ਾਂ ਉਹ ਕਿਨੋ ਕੁ ਲੱਗੀਆਂ ਰਹਿੰਦੀਆਂ ਮੇਥੇ ਧਨੀਆ ਚੱਲ ਰਹਿਣ ਦੇ ਪੁੱਤ ਪੱਟੀ ਨਾ ਅਤੇ ਆਹ ਆ ਗਈ ਜੀ ਆਪਣੀ ਕਣਕ 869 ਬੀਜ ਆ ਬਾਈ ਇਹ ਹੈਂ ਧਨੀਆ ਅੱਛਾ ਲੈ ਕਹਿੰਦਾ ਧਨੀਆ ਆ ਹਾਂ ਚੱਲ ਹੇਠਾਂ ਕਣਕ ਦੇਖ ਕੇ ਤੁਰ ਬਈ ਦੇਖ ਕੇ ਇਹਨੂੰ ਤਾਂ ਜੀ ਖੇਤ ਲਿਆਉਣਾ ਨਹੀਂ ਚਾਹੀਦਾ ਆ ਜਾ ਦੇਖ ਕੇ ਤੁਰ ਕੋਈ ਗੱਲ ਨਹੀਂ ਆ ਜਾ ਵਿੱਚ ਗਾਹ ਪਾਉਂਦਾ ਫਿਰਦਾ ਆ ਜਾ ਇਹ ਆ ਲੈ ਕਿਆ ਅੱਜ ਕਿਆ ਇਹ ਬੰਦੇ ਦਾ ਨਾ ਹਟ ਜਾ ਇੱਧਰ ਆ ਜਾ ਅੱਛਾ ਰਫਲ ਹੋ ਗਈ ਤੀ ਚਲੋ ਬਾਈ ਬੱਕੀ ਬਾਈ ਵੀ ਆਉਂਦਾ ਉਹਦੇ ਨਾਲ ਵੀ ਸਾਨੂੰ ਮਿਲਾਉਂਦੇ ਆ ਇਹ ਤਾਂ ਹੋਰ ਦੱਸਦਾ ਮੈਂ ਤੁਹਾਨੂੰ ਆਹ ਦੇਖੋ ਕੱਖ ਜਿਹਾ ਪਿਆ ਨਾ ਫਾਦਰ ਸਾਹਿਬ ਨੇ ਕਿਆ ਕਰਨਾ ਜੀ ਐਂ ਖੇਤ 'ਚ ਆਉਣਾ ਸਾਰੇ ਖੇਤ 'ਚ ਗੇੜਾ ਜਿਹਾ ਮਾਰੀ ਜਾਣਾ ਕੁਛ ਨਾ ਕੁਛ ਕਰੀ ਜਾਣਾ ਉਹਨੇ 18 ਠੱਗੀਆਂ ਚਲੋ ਬਾਈ ਬਾਕੀ ਸਿਆਣੇ ਬੰਦੇ ਦਾ ਕੋਈ ਤੋੜ ਨਹੀਂ ਉਹ ਬਾਹਰ ਆ ਜਾ ਯਾਰ ਆ ਜਾ ਬਾਹਰ ਝੋਟੇ ਵਾਂਗੂ ਦੇ ਕੇ ਕਿਣਾ ਘੁੰਮਦਾ ਵਿੱਚ ਚੱਲ ਬਾਹਰ ਚੱਲ ਮੂਹਰੇ ਭਿੱਜ ਕੇ ਜਾਣਾ ਚੱਲ ਬਾਹਰ ਚੱਲ ਤਾਂ ਉਹਨੂੰ ਪੁੱਛ ਕੇ ਸਪਰੇਅ ਕਰੀਏ ਪੁੱਛ ਅਸੀਂ ਪਹਿਲਾਂ ਕਰਤੀ ਤੀ ਕਹਿੰਦੇ ਚੱਲ ਫਿਰ ਵਿੱਚ ਬਸ ਪੁੱਛ ਕੇ ਸਪਰੇਅ ਕਰ ਦਿੱਤਾ ਤੂੰ ਲੈ ਥੱਕ ਗਿਆ ਕਹਿੰਦਾ ਮਾਰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹਾਂ ਚੱਲ ਪਈ ਜੀ ਸਵੇਰੇ ਸਪਰੇਅ ਨਿਬੇੜਤੀ ਉਰ ਕਰਤੀ ਸਾਰੀ ਚੱਲ ਵਧੀਆ ਰਿਹਾ ਅਖੀਰਲਾ ਪੰਪ ਤਾਂ ਅਖੀਰਲਾ ਤਾਂ ਹੁਣ ਮੰਡ 'ਚ ਰਹਿ ਗਈ ਮੰਡ 'ਚ ਦੇਖ ਰਹੇ ਝੱਟ ਉੱਥੇ ਉਹ ਦੋਹੇ ਖੱਤੀਆਂ ਪਰ ਵੀ ਉੱਧਰ ਵੀ ਕਰਤੀ ਇੱਧਰ ਵੀ ਨਿਬੇੜਤੀ ਅੱਛਾ ਉੱਥੇ ਪਾਪਾ ਜੀ ਕਹਿੰਦੇ ਕਰੇ ਪਾ ਕੇ ਉੱਥੇ ਬਾਅਦ ਸਪਰੇਅ ਕਰਨੀ ਹੈ ਮੰਡ 'ਚ ਹਾਂ ਚੱਲ ਠੀਕ ਇੱਕ ਥੱਲਾ ਤਾਂ ਪੈ ਲਿਆ ਇੱਕ ਹੋਰ ਪਾ ਕੇ ਫਿਰ ਕਰਾਂਗੇ ਹੁਣ ਦੇਖ ਪੰਗਾ ਲੈਂਦਾ ਬੜੇ ਬੰਦੇ ਨਾਲ ਬਿੰਡਾ ਘੁਮਾ ਦੂ ਕਰ ਦੂ ਲੋਟ ਲਾ ਬਾਈ ਆ ਕਣਕ ਦਾ ਲੋਟ ਹੈ ਨਾ ਬਾਕੀ ਕਣਕਾਂ ਦੱਬੀਆਂ ਜਿੱਥੇ ਜਿੱਥੇ ਕਿਤੇ ਪਾਣੀ ਕੱਢ ਗਿਆ ਸਹੀ ਗੱਲ ਚਲੋ ਬਾਈ ਮੌਸਮ ਫੇਰ ਗੜਬੜਾਇਆ ਜਿਹਾ ਹੋਇਆ ਪਿਆ ਸਵੇਰੇ ਮੈਂ ਸਵੇਰੇ ਜਦ ਸਪਰੇ ਕਰਨੀ ਸ਼ੁਰੂ ਕਰੀ ਧੁੱਪ ਨਿਕਲੀ ਵੀ ਮਾਂ ਚੱਲ ਅੱਜ ਨਿਬੇੜਦਾ ਇਹਦਾ ਕੰਮ ਬਸ ਜੂ ਜੂ ਪੰਪ ਮੈਂ ਵਾਧਾ ਜਾਈ ਗਿਆ 3 ਲਾਈ ਗਿਆ 4 ਲੱਗ ਗਏ ਪੰਪ 5 ਲੱਗ ਗਏ ਉੱਧਰ ਬੱਦਲ ਚੜ੍ਹਦੇ ਆਈ ਗਏ ਇੱਕ ਚੜ੍ਹ ਗਿਆ 2 ਚੜ੍ਹ ਗਏ 3 ਚੜ੍ਹ ਗਏ ਮੈਂ ਦੇਖੀ ਜਾਊਗੀ ਚੱਲ ਹੁਣ ਨਿਬੇੜ ਕੇ ਹਟੂਗਾ ਚਲੋ ਕੋਈ ਨਹੀਂ ਠੀਕ ਹੈ ਵਧੀਆ ਹੋਊਗੀ ਰਹਿ ਗਈ ਚਲੋ ਬਾਈ ਚੱਲ ਰਿਹਾ ਕੰਮ ਲੈ ਬਾਈ ਮੋਟਰ ਪਰ ਆਏ ਤਾਂ ਕੁਛ ਨਾ ਕੁਛ ਹੀਲਾ ਤਾਂ ਆਪਣਾ ਕਰ ਲਿਆ ਚੱਲੇ ਸੀ ਆਪਣੇ ਖੇਤ 'ਚੋਂ ਕਿਆ ਲੈ ਕੇ ਚੱਲੇ ਆ ਨੀਨੀ ਆ ਕਿ ਇੱਕ ਪਾਲਕ ਇੱਕ ਕਿਆ ਏ ਪਾਲਕ ਕਿ ਇੱਕ ਧਨੀਆ ਕਿ ਅੱਜ ਅਸੀਂ ਸਾਗ ਬਣਾਉਣਾ ਕਿ ਅਸੀਂ ਸਾਗ ਬਣਾਉਣਾ
ਹਾਂ ਕਿ ਮੱਖਣ ਪਾ ਕੇ ਖਾਣਾ ਫਿਰ ਕਹਦੇ ਕਿ ਮੱਖਣ ਪਾ ਕੇ ਖਾਣਾ ਕਿ ਮੱਕੀ ਦੀ ਰੋਟੀ ਨਾਲ ਇਚਕੀ ਲੱਗੀ ਹੋਈ ਜੀ ਇਹਨੂੰ ਅਤੇ ਇਹ ਲਓ ਬਾਈ ਇੱਧਰ ਵੀ ਸੰਦ ਭਾਂਡੇ ਖੋਲ੍ਹੇ ਪਏ ਆ ਰਾਜੂ ਬਾਈ ਦਾ ਨੇ ਖੇਤ ਵਾਹ ਕੇ ਅਤੇ ਆ ਜਾਓ ਦਿਖਾ ਦਿੰਦਾ ਤੁਹਾਨੂੰ ਆਹ ਬਾਤ ਜੀ ਇੱਧਰ ਸਰੋਂ ਵਾਹ ਕੇ ਵੀ ਪਤਾ ਨਹੀਂ ਕਿਉਂਕਿ ਮੈਂ ਕਾਫੀ ਦਿਨ ਪਤਾ ਆਇਆ ਮੋਟਰ ਪਰ ਵੀ ਕਿਆ ਬੀਜਿਆ ਅਤੇ ਆਹ ਖੇਤ ਵਧੀਆ ਬਣਿਆ ਵਾ ਜੀ ਰੋਟਾਵੇਟਰ ਨਾਲ ਵਾਹ ਕੇ ਲਓ ਉਹ ਜਿਹੜੀ ਤੁਹਾਨੂੰ ਮੈਂ ਪਿੱਛੇ ਉਹ ਥੱਲੇ ਆ ਜਾ ਥੱਲੇ ਆ ਜਾ ਥੱਲੇ ਆ ਜਾ ਹੈਂ ਲੈ ਚਾਬੀ ਨੂੰ ਵੀ ਭਾਬੀ ਹੋ ਕਹਿੰਦਾ ਜੀ ਕਿਆ ਏ ਹੈਂ ਥੱਲੇ ਆ ਜਾ ਮੋਟਰਸਾਈਕਲ ਪਰ ਬਹਿ ਜਾ ਆ ਜਾ ਆ ਜਾ ਆ ਜਾ ਆ ਜਾ ਆ ਜਾ ਟਰੈਕਟਰ ਦਾ ਕੋਈ ਲਾੜ ਨਹੀਂ ਆ ਜਾ ਆ ਜਾ ਆ ਜਾ ਉਤਰਿਆ ਉਤਰਿਆ ਨਹੀਂ ਪੈਰੀ ਉਤਰਿਆ ਆ ਜਾ ਆ ਜਾ ਆ ਜਾ ਆ ਆਇਆ ਉਤਰਿਆ ਹੈ ਫਿਰ ਉਤਰਦਾ ਚੱਲ ਮਾਰਸ਼ਾਲ ਲੱਭਣ ਗਿਆ ਸਾਰੇ ਦੇਖ ਲਓ ਬਾਈ ਅਤੇ ਚਲੋ ਉਹ ਦੇਖੋ ਡੰਡਾ ਗਿਰ ਗਿਆ ਤੇਰਾ ਫੁਲਜੀ ਵਾਲਾ ਦੁਬਾਰਾ ਫਿਰ ਇਹਨੂੰ ਚੱਕੂਗਾ ਆ ਜਾ ਇੱਧਰ ਆ ਜਾ ਇੱਧਰ ਆ ਜਾ ਤੇਰਾ ਕੋਈ ਲਾੜ ਨਹੀਂ ਟਰੈਕਟਰ ਕੋਲ ਆ ਜਾ ਆ ਜਾ ਇੱਧਰ ਆ ਜਾ ਆ ਜਾ ਇੱਧਰ ਚੱਲ ਜਾ ਇਹਨਾਂ ਕੋਲ ਹਾਂ ਇੱਥੇ ਮਿੱਟੀ 'ਚ ਜ਼ਰੂਰ ਖੇਲ ਲੈ ਇੱਥੇ ਨਹੀਂ ਤੈਨੂੰ ਰੋਕਦਾ ਮਾਰ ਲੈ ਜਿਹੜੀਆਂ ਪੁੱਠੀਆਂ ਛਾਲਾਂ ਮਾਰਨੀਆਂ ਕਣਕ ਬੀਜ ਹੋ ਗਈ ਜੀ ਉਹ ਪੱਟਦੀ ਨੇ ਉਹ ਦੇਖਦੀ ਹੈ ਕਣਕ ਨਿਕਲਿਆ ਜੀ ਆ ਲਓ ਲੱਗ ਗਿਆ ਬਾਈ ਇਹ ਇੱਧਰ ਆਪਾਂ ਨੇ ਇਹਨੂੰ ਰੋਕਣਾ ਨਹੀਂ ਅਤੇ ਇੱਧਰ ਵੀ ਮੰਨ ਲੱਗਦੀ ਕਣਕ ਬੀਜ ਹੋ ਗਈ ਅਤੇ ਹਾਂ ਕਣਕ ਬੀਜਤੀ ਅਤੇ ਬਾਈ ਇੱਧਰ ਜੱਗਾ ਵੀ ਆ ਗਿਆ ਉਹਦੇ ਨਾਲ ਵੀ ਮਿਲਾਉਂਦਾ ਸਾਨੂੰ ਆ ਲਓ ਅਤੇ ਵਿੱਕੀ ਬਾਈ ਨੇ ਕੰਮ ਦਿੱਤਾ ਨਵੇੜ ਉਹ ਬਹਿ ਗਿਆ ਥੱਲੇ ਉਹ ਲਿਬੜਨਾ ਇੱਕਣਾ ਲਿਬੜਨਾ ਆ ਜਾ ਆਇਆ ਆਇਆ ਹਾਂ ਘੋਟੇ ਨੂੰ ਇੱਧਰ ਮਿਲੋ ਜੀ ਜੱਗੇ ਨੂੰ ਹੈਂ ਸਤਿ ਸ੍ਰੀ ਅਕਾਲ ਜੀ ਕੱਲ ਸਕੂਲ ਜਾਣਾ ਤਾ ਕਹਦੇ ਅਸੀਂ ਤਾਂ ਸਭਾ ਨੂੰ ਜਾਣਾ ਹੁਣ ਦਾਦੇ ਕੇ ਸਾਡੇ ਘਰ ਆਉਂਦਾ ਹੈ ਰੋਜ਼ ਪੰਪ ਚ ਜੋ ਮਰਜ਼ੀ ਕਰਾ ਲਾ ਤੇ ਲਿਟਣਾ ਖੜਾ ਹੋ ਜਾ ਜੱਗੇ ਨੇ ਨਜ਼ਰ ਲਾ ਦੇਣੀ ਵੀ ਨਿਆਣਾ ਖੇਲਦਾ ਮੁੰਡਾ ਇਹਨਾਂ ਦਾ ਬਹੁਤ ਖੀਰ ਖਲਾਉਣੀ ਪੈਣੀ ਫਿਰ ਜੱਗੇ ਨੂੰ ਨਜ਼ਾਰੇ ਛੁੱਟੀਆਂ ਜੱਗੇ ਨੂੰ ਪੁੱਛ ਕਰ ਗਿਆ।